हाँ भाई काले के मेले ते खड़े होंगे अपा जेडा के बरनाले जिले के हर साल लगता है तीन दिन का बहुत भारी मेला लगता अज मेले के उत्ते दिखाने के थोनू बहुत घेंट घेंट भेडू और भेडा दर्शी बाई खड़ा गा अपने को देखो जिमें आप भेडुआ की गलबात करिए पूरी सिरा लाया पाया बई एन जिमें आप ब्यूटी पार्लर से ब्याह वाली कुड़ी तैयार किया जाता ना ये बई भेडू तैयार करके लिया भेडा सारिया के देखो ए रिबन वगैरह बन के लिया होने अग देखो गलों के पटे घुंगरू पा के देखो छणकते ना लैके आए उन्हें तो गलबात करिए भी भेडा ने जिहड़ियां ये बहुत कीमती ने बेशकीमती चीज़ा ने तोहफे ने कहण तो भाव भी बहुत वेट कर दियां ने चंगी गलबात आ बाकी दर्शी बाई खड़ा गा अपने कोले इन्हां दे नाल ही गलबात करदे आं भी की गलबात रहूगी किस तरह है ना दर्शन भाई जी की हाल है भाई छोटा जी सारे पहुंचे करिए जरूर वध तो वध लाहे लईए उत्थे आपां मुकाबले भी रखे हुए ने मुकाबले केड़े रखे ने अपने मुकाबले अपने पक्के दंदा तो लाके खीरियां बच्चों दे सारे दो दंद चार दंद छे दंद है ना सारे दे 28 तरीक नु बीटल बकरियां दे मुकाबले बच्चे सारा कुछ रख्या गया भाई उत्थे नाम वधिया देवांगे 28 तरीक नु ऐसे नु 28 मार्च नु पहुंची है पंप ते ਪੇਡਾਂ ਅੱਜ ਕਿੰਨੀਆਂ ਵੇਚੀ ਨੇ ਬਾਈ ਜੀ ਪੇਡਾਂ ਜੀ ਵੇਚਤੇ 15 ਕੁ ਬੱਚੇ ਵੇਚਤੇ ਭੇਡ ਤਾਂ ਵੇਚਦਾ ਨਹੀਂ ਆਪਾਂ ਵੱਡੀ ਅੱਛਾ ਵੱਡੀ ਭੇਡ ਕਾ ਤਾਂ ਨਹੀਂ ਵੇਚਦੇ ਬਾਈ ਰੱਖੇ ਮੈਂ ਸ਼ੌਂਕ ਨਾਲ ਇਹ ਨਹੀਂ ਵੇਚਦੇ ਅੱਛਾ ਬਾਕੀ ਹੁਣ ਜੇ ਉੱਤੇ ਰਿਆ ਕੇ ਯਾਰ ਮਿੱਤਰ ਆ ਜਾਂਦਾ ਫਿਰ ਦੇਣੀ ਪੈਂਦੀ ਆ ਲੈ ਬਾਈ ਉਹ ਉਦਾਂ ਤਾਂ ਬਾਈ ਵੇਚਦੇ ਨਹੀਂਗੇ ਪਰ ਜੇ ਹੁਣ ਧੱਕੇ ਪੈ ਜੇ ਬਾਈ ਦੇ ਕੇ ਤੋਰ ਕੋਈ ਚੀਜ਼ ਫਿਰ ਆਪਾਂ ਦੇ ਵੀ ਦੇਣਗੇ ਆ ਭੇਡੇ ਦੱਸੀ ਬਾਈ ਹਾਂਜੀ ਇਹ ਕਿੰਨੇ ਦੰਦ ਹੈਗਾ ਇਹ ਦੰਦ ਹੋ ਗਿਆ ਜੀ 4 ਦੰਦ ਹੋ ਗਿਆ ਜੀ ਇਹ 4 ਦੰਦ ਵਾਲੇ ਲੈ ਬਈ 4 ਦੰਦ ਭੇਡੂ ਦੀ ਹਾਈਟ ਵਗੈਰਾ ਤੁਸੀਂ ਦੇਖ ਸਕਦੇ ਹੋ ਬੜਾ ਵਜਨ ਹੋਊਗਾ ਵਜਨ ਕਿੰਨਾ ਹੋਊਗਾ 50 70 ਹੋਊਗਾ ਨਹੀਂ 90 ਦੇ ਕਰੀਬ ਹੋ ਜੀ 90 ਦੇ ਕਰੀਬ ਹੋ ਇਹ ਤਾਂ ਬੇਟੀ ਬੜਾ ਗੇਨ ਕਰ ਦਊਗਾ ਨਾ ਹਾਂਜੀ ਕੀ ਬਾਤ ਹੈ ਬੇਟ ਤਾਂ ਬਹੁਤ ਤਕੜੇ ਕਰਦੇ ਜੀ ਠੀਕ ਹੈ ਕਿੰਨੀਆਂ ਭੇਡਾਂ ਨੇ ਬਾਈ ਦਰਸੀ ਇਹ ਭੇਡਾਂ ਜੀ ਆਪਾਂ ਇੱਥੇ 42 ਲਿਆਏ ਆ ਇਹ ਕੱਲੇ ਦੀਆਂ ਨੇ ਜਾਂ ਕਿਸੇ ਹੋਰ ਦੀਆਂ ਵੀ ਨੇ ਲੈ ਕੱਲੇ ਦਰਸੀ ਬਾਈ ਦੀਆਂ ਭੇਡਾਂ ਨੇ ਭੇਡਾਂ ਦੀ ਵੈਸੇ ਕੀਮਤ ਕੀ ਚੱਲਦੀ ਅੱਜ ਕੀਮਤ ਜੀ ਹੈਗੀ ਆ ਚੰਗੀ ਭੇਡ ਦਾ 50-60 ਹਜ਼ਾਰ ਰੁਪਿਆ ਅੱਛਾ ਜਿਹੜੀ ਵਧੀਆ ਪਲੀ ਹੋਈ ਗੱਬਣ ਭੇਡ ਚੰਗੀ ਹਾਂ ਬਾਕੀ ਅੱਛਾ 30-35 ਜਾਂ 35-40 ਦਾ ਲੱਗ ਜਾਂਦੀ ਹੈ ਅੱਛਾ ਹਾਂ ਉਹ ਆਪਾਂ 50-60 ਤੋਂ ਵਿੱਚੋਂ ਫੜਮੀ ਦਾ ਦਿੰਦੇ ਨੇ ਲੱਖ ਰੁਪਿਆ ਵੀ ਲਾਉਂਦੇ ਆ ਅੱਛਾ ਠੀਕ ਆ ਲੈ ਬਾਈ ਉਹ ਭੇਡੂ ਭੇਡਾਂ ਦੇਖ ਸਕਦੇ ਹੋ ਕਿ ਬਾਈ ਕੋਲੇ ਪੂਰੀ ਗੱਲਬਾਤ ਬਣਾਈ ਹੋਈ ਹੈ ਹੈਗੀ ਕੀ ਖਾ ਲਾਂਦੀਆਂ ਨੇ ਇਹ ਫਿਰ ਇਹ ਦਾਣੇ ਵੀ ਪਾਈ ਜਾਂ ਮੱਕੀ ਦਾ ਸਿਲਕਾ ਵੀ ਪਾਉਂਦੇ ਆ ਅੱਛਾ ਜਿਵੇਂ ਆ ਭਾਈ ਮੂੰਗੀ ਦਾ ਪਾਈ ਜਾਂਦੇ ਨੇ ਮੂੰਗੀ ਦਾ ਨੀਰਾ ਵਿੱਚ ਦਾਣੇ ਪਾਈ ਅੱਛਾ ਬਿਮਾਰੀ ਵਾਲੀ ਤਾਂ ਨਹੀਂ ਹੁੰਦੀ ਨਾ 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 ਇਹਨਾਂ ਦੀ ਬੜੀ ਦਿੱਕਤ ਨਹੀਂ ਕੋਈ ਅੱਛਾ ਕਿੰਨੇ ਮਹੀਨੇ ਚ ਕ੍ਰੋਸ ਹੋ ਕੇ ਸੂਕ ਪਾਉਂਦੀ ਹੈਗੀ ਇਹ ਮਤਲਬ ਸਾਲ ਦੇ ਵਿੱਚ ਵਿੱਚ ਸੂ ਪੈਂਦੀ ਹੈ ਸਾਲ ਦੇ ਵਿੱਚ ਸੂ ਆ ਜਾਂਦਾਗਾ ਲੈ ਬਾਈ ਉਹ ਸਾਲ ਦੇ ਵਿੱਚ ਸੂ ਆ ਜਾਂਦਾ ਬਾਈ ਕਹਿੰਦਾ ਇੰਨਾ ਭੇਡਾਂ ਦਾ ਆਉਂਦਾ ਨਹੀਂ ਦੂਜੀਆਂ ਭੇਡਾਂ ਦਾ ਨਰਮ ਰਹਿ 6-7000 ਦਾ ਬੱਚਾ ਵਿਕ ਜਾਂਦਾ ਛੋਟਾ ਇਹ ਨਹੀਂ ਵੱਧ ਪੈਂਦਾ ਜੀ 8 ਮਤਲਬ 8-9 ਤੋਂ ਵੱਧ ਹੀ ਜਾਣਗਾ ਅੱਛਾ 10 ਦਾ ਵੀ ਜਾਣਗਾ ਲੈ ਬਾਈ ਜਿੰਨਾ ਬੱਚਾ ਗਰੋਥ ਵਾਲਾ ਹੋਊਗਾ ਉਸ ਹਿਸਾਬ ਨਾਲ ਜਾ ਵੜਦਾਗਾ ਵੀ ਵਧੀਆ ਗੱਲਬਾਤ ਹੈਗੀ ਸਰਗਾਂ ਭਾਣੀਆਂ ਦਾ ਅਜੇ ਦੂਜੇ ਦੇ ਸੂਏ ਆ ਹਾਂ 2-2 ਦੰਦ ਆ ਇਹ 2-2 ਦੰਦ ਹੈ ਬੱਚਾ ਬੁਲੂਗਾ ਸਰਗਾਂ ਨੇ ਖੜੀਆਂ ਖੀਰੀਆਂ ਇਹਨਾਂ ਨਾਲ ਟਾਈਮ ਵਧੀਆ ਟੱਪਦਾ ਭੇਡਾਂ ਨਾਲ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਭੇਡਾਂ ਵਿਕਦੀਆਂ ਨੇ ਹਾਂ ਜੀ ਹਾਂ ਵਿਕਦੀ ਉਹਨਾਂ ਤਾਂ ਨਹੀਂ ਵਿਕਦੀ ਨਾ ਉਹਨਾਂ ਨੂੰ ਤਾਂ ਨਹੀਂ ਵਿਕਦੀ ਉਹਨਾਂ ਤਾਂ ਨਹੀਂ ਵਿਕਦੀ ਇਹਦੀ ਆਪਾਂ ਅਗਲੇ ਸਾਲ ਰਜਾਈਆਂ ਭਰਾਂਗੇ ਕਹਿੰਦੇ ਹੁੰਨੇ ਆਂਗੇ ਬਸ ਐ ਆਪਣੇ ਉੱਤੋਂ ਦੀ ਗੱਲ ਲੰਘ ਜਾਂਦੇਗੀ ਇਹਦੀ ਉਹਨਾਂ ਲਾ ਕੇ ਆਪਾਂ ਰਜਾਈ ਭਰ ਕੇ ਵੀਡੀਓ ਬਣਾ ਕੇ ਆਪਾਂ ਪਾਵਾਂਗੇ ਵੀ ਇਹਦੀ ਰਜਾਈ ਆ ਜਿਹੜੀ ਉਹ ਖਾਸੀ ਗਰਮ ਹੁੰਦੀ ਹੋਣਾ ਲਈ ਤਾਂ ਨਹੀਂ ਹੁੰਦੀ ਹੁਣ ਠੰਡ ਚ ਉੱਤੇ ਠੰਡ ਚ ਕਿੱਥੇ ਉਹਦਾ ਸਭ ਭਾ ਦੇਾਂਗੇ ਭਰ ਦੇਾਂਗੇ ਅੱਛਾ ਲੈ ਰਜਾਈ ਭਰਾ ਕੇ ਦੇਵਾਂਗੇ ਬਾਈ ਗਿਫਟ ਕਰਾਂਗੇ ਤੁਹਾਨੂੰ ਗਿਫਟ ਕਰਾਂਗੇ ਹਾਂ ਜੀ ਕਰਾਂਗੇ ਆਪਾਂ ਰਜਾਈ ਗਿਫਟ ਲੈਣੀ ਆਂਗੇ ਦਰਸੀ ਬਾਈ ਤੋਂ ਠੀਕ ਆ ਲੈ ਬਾਈ ਭੇਡਾਂ ਦੇ ਦੁਬਾਰੇ ਫੇਰ ਮਾਰਦੇ ਕੈਮਰਾ ਵੀ ਭੇਡਾਂ ਦੇਖ ਲਓ ਕਿਹੜੀਆਂ ਨੇ ਵੈਸੇ ਇਹ ਜਮਨਾਪਰੀ ਹੈ ਜੀ ਜਮਨਾਪਰੀ ਭੇਡਾਂ ਨੇਗੀਆਂ ਦੇਖ ਸਕਦੇ ਹੋਗੇ ਅੱਜ ਉਰੇ ਕਿੰਨੀਆਂ ਵੇਚੀਆਂ ਨੇ ਵੈਸੇ ਇੱਥੇ ਮੈਂ ਵੇਚਤੇ ਤਕਰੀਬਨ 5-7 ਕਿਲੇ ਲੈ ਲਈਆਂ ਵੇਚਤੇ 10 ਲੈ ਲਏ ਵਿੱਚ 10 ਲੈ ਲਏ ਵੇਚਤੇ ਛੋਟੇ ਬੱਚੇ ਹਾਂ ਛੋਟੇ ਬੱਚੇ ਲੈ ਬਾਈ ਫਿਰ ਤਾਂ ਰਹਿੰਦੇ ਮੈਂ ਵੇਚੇ ਨਹੀਂ ਮੈਂ ਛੋਟੇ ਆ ਬੜੇ ਵਧੀਆ ਦਿਹਾੜੀ ਪਾ ਕੇ ਆ ਫਿਰ ਪੂਰੀ ਵਧੀਆ ਜੀ ਲੈ ਮਾਤਾ ਦੀ ਕਿਰਪਾ ਪੂਰੀ ਠੀਕ ਹੈ ਚੰਗੀ ਗੱਲਬਾਤ ਲੈ ਬਾਈ ਉਹ ਐਂਡ ਕਰਦੇ ਹਾਂ ਹੁਣ ਵੀਡੀਓ ਦਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਆਪਣਾ ਮੇਲੇ ਦਾ ਕਰ ਦਿਓ ਆਪਾਂ ਨੂੰ ਹੋਰ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਜਿਹੜੇ ਬਾਈ ਨੇ ਖਰੀਦਦਾਰੀ ਕਰਨੀ ਆ ਬਾਈ ਦਰਸੀ ਦੇ ਪਾਸੋਂ ਖਰੀਦ ਵੀ ਕਰ ਸਕਦੇ ਹੋਗੇ ਚੰਗਾ ਦਰਸੀ ਬਾਈ ਜੀ ਠੀਕ ਆ ਬਾਈ ਧੰਨਵਾਦ ਜੀ ਓਕੇ ਬਾਈ ਜੀ ਓਕੇ